ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਨੇ ਕਿ ਕਾਨੂੰਨ ਦਾ ਕੋਈ ਵੀ ਖੌਫ ਨਹੀਂ ਹੈ। ਸ਼ਾਇਦ ਬੇਖੌਫ ਹੋ ਕੇ ਘਟੀਆ ਕਿਸਮ ਦੀ ਜ਼ਹਿਰੀਲੀ ਸ਼ਰਾਬ ਦਾ ਗੋਰਖ ਧੰਦਾ ਪੁਲਿਸ ਦੀ ਨੱਕ ਹੇਠਾਂ ਕਰਦੇ ਰਹੇ ਨੇ। ਐਕਸਾਈਜ਼ ਵਿਭਾਗ ਅਤੇ ਸ਼ਰਾਬ ਠੇਕੇਦਾਰਾਂ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਸਾਂਝੇ ਓਪਰੇਸ਼ਨ ਦੇ ਦੌਰਾਨ ਇੱਕ ਪਿੰਡ ਵਿੱਚ ਹਜ਼ਾਰਾਂ ਲੀਟਰ ਲਾਹਣ ਬਰਾਮਦ ਕੀਤੀ ਗਈ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਸਦਰ ਵਿੱਚ ਮਾਮਲਾ ਦਰਜ ਕਰਕੇ ਲਾਹਣ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਠੇਕੇਦਾਰ ਗੁਰਪ੍ਰੀਤ ਸਿੰਘ ਗੋਪੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਮਿਲ ਕੇ ਥਾਣਾ ਸਦਰ ਦੇ ਪਿੰਡ ਹਸਨਪੁਰਾ ਦੇ ਬਲਦੇਵ ਸਿੰਘ ਦੇ ਘਰ ਛਾਪੇਮਾਰੀ ਵਿੱਚ 14 ਵੱਡੇ ਡੱਬੇ ਜ਼ਹਿਰੀਲੀ ਲਾਹਣ ਦੇ ਬਰਾਮਦ ਕੀਤੇ ਨੇ। ਫਿਲਹਾਲ ਦੋਸ਼ੀ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਹਸਨਪੁਰਾ 'ਚ ਛਾਪੇਮਾਰੀ ਕੀਤੀ ਗਈ ਹੈ। ਛਾਪੇਮਾਰੀ ਦੌਰਾਨ ਹਰਦੇਵ ਸਿੰਘ ਦੀ ਹਵੇਲੀ 'ਚੋਂ ਖਾਸ ਮੁਖਬਰ ਦੀ ਇਤਲਾਹ ਆਈ ਸੀ ਕਿ ਉੱਥੇ ਦੇਸੀ ਲਾਹਣ ਦਾ ਕੰਮ ਚੱਲਦਾ ਪਿਆ, ਜਿਹੜੀ ਦੇਸੀ ਸ਼ਰਾਬ ਤਿਆਰ ਕਰਕੇ ਪਿੰਡਾਂ ਦੇ ਵਿੱਚ ਸਪਲਾਈ ਕਰਦੇ ਨੇ। ਉੱਥੇ ਅਸੀਂ ਆਪਣੀ ਪੁਲਿਸ ਫੋਰਸ ਦੇ ਨਾਲ ਰੇਡ ਕੀਤਾ। ਰੇਡ ਦੌਰਾਨ ਉੱਥੋਂ 14 ਡੱਬੇ ਲਾਹਣ ਦੇ 280 ਕੇਜੀ ਲਾਹਣ ਬਰਾਮਦ ਹੋਈ ਆ। ਦੋਸ਼ੀ ਜਿਹੜਾ ਮੌਕੇ 'ਤੇ ਪੁਲਿਸ ਪਾਰਟੀ ਨੂੰ ਵੇਖ ਕੇ ਫਰਾਰ ਹੋ ਗਿਆ ਅਤੇ ਉਸ ਖਿਲਾਫ਼ ਬਣਦੀ ਕਾਰਵਾਈ ਜਿਹੜੀ ਉਹ SHO ਸਦਰ ਸਰਦਾਰ ਕੁਲਵਿੰਦਰ ਸਿੰਘ ਹੋਣਾਂ ਦੀ ਅਗਵਾਈ 'ਚ ਥਾਣਾ ਸਦਰ ਵਿਖੇ ਕੀਤੀ ਜਾਵੇਗੀ। 280 ਲੀਟਰ ਹੈ ਜੀ। ਬਟਾਲਾ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।